ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਕੁਛ ਵਿਚਾਰਾਂ ਸਾਂਝੀਆਂ ਕਰਨੀਆਂ ਹਨ, ਕਿਉਂਕਿ ਪਿਛਲੇ ਦਿਨੀ ਇੱਕ ਗਰੁੱਪ ਦੇ ਵੱਲੋਂ ਬਹੁਤ ਸਾਰੇ ਸਵਾਲ ਖੜ੍ਹੇ ਕੀਤੇ ਗਏ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ਬਾਰੇ, ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ ਦੇ ਹੋ ਰਹੇ ਪ੍ਰਚਾਰ ਬਾਰੇ ਅਤੇ ਮੂਲ ਨਾਮਕਸ਼ੇ ਕੈਲੰਡਰ ਦੇ ਬਾਰੇ। ਉਹ ਇਸ ਤਰੀਕੇ ਦੇ ਨਾਲ ਵਿਵਾਦ ਖੜ੍ਹੇ ਕੀਤੇ ਗਏ ਕਿ ਕਟਹਿਰੇ ਦੇ ਵਿੱਚ ਖੜ੍ਹਾ ਕਰ ਦਿੱਤਾ ਗਿਆ ਸਿੱਖ ਰਹਿਤ ਮਰਿਆਦਾ ਨੂੰ ਵੀ, ਮੂਲ ਨਾਮਕਸ਼ੇ ਕੈਲੰਡਰ ਨੂੰ ਵੀ, ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਨਿਰੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਪ੍ਰਚਾਰ ਨੂੰ ਵੀ। ਵਿਚਾਰ ਆਪਾਂ ਕਰਨੀ ਹੈ ਕਿ ਸਿੱਖ ਰਹਿਤ ਮਰਿਆਦਾ ਅਸਲ ਦੇ ਵਿੱਚ ਹੈ ਕੀ, ਇਹਦੇ ਤੇ ਸਵਾਲ ਕਿਉਂ ਖੜ੍ਹੇ ਕੀਤੇ ਜਾਂਦੇ ਨੇ, ਸਮੇਂ ਸਮੇਂ ਦੇ ਸਵਾਲ ਖੜ੍ਹੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਤੇ ਕੋਸ਼ਿਸ਼ ਵੀ ਉਹਨਾਂ ਲੋਕਾਂ ਵੱਲੋਂ ਕੀਤੀ ਜਾਂਦੀ ਹੈ ਜਿਹੜੇ ਲੋਕ ਇਹਨੂੰ ਮੰਨਦੇ ਹੀ ਨਹੀਂ, ਜਾਂ ਤੇ ਜਿਹੜੇ ਲੋਕ ਇਹਨੂੰ ਮੰਨਦੇ ਨੇ ਉਹ ਇਹਦੇ ਤੇ ਸਵਾਲ ਖੜ੍ਹੇ ਕਰਨ, ਇਹਦੇ ਵਿੱਚ ਆਹ ਗਲਤ ਹੈ, ਇਹਦਾ ਸੁਧਾਰ ਹੋਣਾ ਚਾਹੀਦਾ, ਫਿਰ ਤੇ ਗੱਲ ਜਿਹੜੀ ਆ ਉਹ ਕਿਸੇ ਹੱਦ ਤੱਕ ਜਿਹੜੀ ਹੈ ਉਹਨੂੰ ਵਿਚਾਰਿਆ ਵੀ ਜਾਂਦਾ ਹੈ। ਜਿਹੜੇ ਉਹਨੂੰ ਮੂਲੋਂ ਹੀ ਰੱਦ ਕਰਦੇ ਨੇ, ਕਹਿੰਦੇ ਅਸੀਂ ਅਕਾਲ ਤਖਤ ਸਾਹਿਬ ਦੀ ਰਹਿਤ ਮਰਿਆਦਾ ਨੂੰ ਮੰਨਣਾ ਹੀ ਨਹੀਂ, ਉਹ ਲੋਕ ਜਿਹੜੇ ਨੇ ਬੇਲੋੜੇ ਬਿਨਾਂ ਕਿਸੇ ਮਤਲਬ ਤੋਂ ਇਸ ਤਰ੍ਹਾਂ ਦੇ ਜਿਹੜੇ ਨੇ ਵਿਵਾਦ ਖੜ੍ਹੇ ਕਰ ਰਹੇ ਨੇ, ਅਤੇ ਜਾਂ ਫਿਰ ਉਹ ਮੁੱਦੇ ਉਠਾ ਰਹੇ ਨੇ, ਵਿਵਾਦ ਖੜ੍ਹਾ ਕਰ ਰਹੇ ਨੇ ਜਿਹੜੇ ਨਿਰੋਲ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਵਿਚਾਰ ਕਰਨ ਵਾਲੇ ਪ੍ਰਚਾਰਕ ਨੇ, ਉਹਨਾਂ ਪ੍ਰਚਾਰਕਾਂ ਦੇ ਉੱਤੇ ਜਿਹੜੇ ਪ੍ਰਚਾਰਕ ਇਹ ਗੱਲ ਕਹਿੰਦੇ ਨੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਤੋਂ ਬਿਨਾਂ ਕਿਸੇ ਹੋਰ ਪੁਸਤਕ ਜਾਂ ਕਿਸੇ ਹੋਰ ਦੀ ਕੋਈ ਵਿਚਾਰ ਕਥਾ ਨਹੀਂ ਸੰਗਤ ਵਿੱਚ ਕਰਨੀ, ਅਸੀਂ ਕੇਵਲ ਪ੍ਰਚਾਰ ਗੁਰਬਾਣੀ ਦਾ ਕਰਨਾ ਹੈ, ਉਹਨਾਂ ਨੂੰ ਗਾਹੇ ਬਗਾਹੇ ਸਮੇਂ ਸਮੇਂ ਦੇ ਉੱਤੇ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸ ਕਰਕੇ ਇਹਨਾਂ ਵਿਸ਼ਿਆਂ ਨੂੰ ਵਿਚਾਰਨਾ, ਇਹਨਾਂ 'ਤੇ ਗੱਲ ਕਰਨੀ ਆਪਾਂ ਨੂੰ ਬਹੁਤ ਜ਼ਰੂਰੀ ਹੈ, ਤਾਂ ਕਿ ਆਪਾਂ ਉਹ ਜਿਹੜੇ ਗਰੁੱਪ ਨੇ ਜਿਹੜੇ ਬਹੁਤ ਸਦੀਆਂ ਤੋਂ ਲੱਗੇ ਆ ਰਹੇ ਨੇ, ਚੱਲੇ ਆ ਰਹੇ ਨੇ, ਏਜੰਸੀਆਂ ਦੇ ਹੱਥਾਂ ਵਿੱਚ ਖੇਡਦੇ ਹੋਏ, ਏਜੰਸੀਆਂ ਦੇ ਪੈਦਾ ਕੀਤੇ ਹੋਏ, ਉਹ ਸਮੇਂ ਸਮੇਂ ਦੇ ਨਾਲ ਆਪਣੇ ਵਿੱਚੋਂ ਕੁਛ ਲਹਿਰਾਂ ਖੜੀਆਂ ਕਰਦੇ ਨੇ, ਵੱਖ ਵੱਖ ਉਹਨਾਂ ਦੇ ਏਜੰਡੇ ਹੁੰਦੇ ਨੇ, ਅਤੇ ਟਾਰਗੇਟ ਅਖੀਰ ਵਿੱਚ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਕਰਦੇ ਹਨ। ਅੱਜ ਆਪਾਂ ਗੱਲ ਕਰਨੀ ਸਿੱਖ ਰਹਿਤ ਮਰਿਆਦਾ ਬਾਰੇ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ਅਸਲ ਵਿੱਚ ਹੈ ਕੀ। ਆਪਾਂ ਸਾਰੇ ਜਾਣਦੇ ਹਾਂ, ਇਤਿਹਾਸ ਵਿੱਚ ਬਹੁਤ ਪੜ੍ਹਿਆ ਸੁਣਿਆ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੋਤੀ ਜੋਤ ਸਮਾ ਜਾਂਦੇ ਨੇ, ਉਸ ਤੋਂ ਬਾਅਦ ਖਾਲਸਾ ਰਾਜ ਜਿਹੜਾ ਹੈ ਹੋਂਦ ਵਿੱਚ ਆਉਂਦਾ ਹੈ। ਖਾਲਸਾ ਰਾਜ ਦੇ ਹੋਂਦ ਵਿੱਚ ਆਉਣ ਦੇ ਨਾਲ ਉਸ ਸਮੇਂ ਦੀ ਜਿਹੜੀ ਸਰਕਾਰ ਹੈ, ਉਸ ਸਮੇਂ ਦਾ ਜਿਹੜਾ ਸ਼ਾਸਕ ਹੈ, ਮੁਗਲ ਸ਼ਾਸਕ ਹੈ ਜਿਹੜਾ ਉਹ ਰਾਜ ਕਰਦਾ ਹੈ, ਉਹਨਾਂ ਦੇ ਨਾਲ ਕੁਛ ਪਹਾੜੀ ਰਾਜਿਆਂ ਦੇ ਨਾਲ, ਜਿਹੜੇ ਹਿੰਦੂ ਰਾਜੇ ਸੀ ਉਸ ਸਮੇਂ ਦੇ, ਉਹਨਾਂ ਨਾਲ ਜਿਹੜੀ ਖਾਲਸਾ ਪੰਥ ਦੀ ਜਿਹੜੀ ਹੈ ਇੱਕ ਜੰਗ ਸ਼ੁਰੂ ਹੋ ਜਾਂਦੀ ਹੈ। ਉਹ ਜੰਗ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਲੜਦੇ ਰਹੇ, ਉਸ ਤੋਂ ਬਾਅਦ ਜਿਹੜੀਆਂ ਪੰਥਕ ਜਥੇਬੰਦੀਆਂ ਪੁਰਾਤਨ ਜਿਹੜੀਆਂ ਸੀ, ਜਿਨ੍ਹਾਂ ਨੂੰ ਅੱਜ ਕੱਲ੍ਹ ਅਸੀਂ ਨਿਹੰਗ ਸਿੰਘ ਜਥੇਬੰਦੀਆਂ ਕਹਿੰਦੇ ਹਾਂ, ਖਾਸ ਕਰਕੇ ਸਭ ਤੋਂ ਪੁਰਾਤਨ ਜਿਨ੍ਹਾਂ ਵਿੱਚੋਂ ਬੁੱਢਾ ਦਲ ਦਾ ਜ਼ਿਕਰ ਆਉਂਦਾ ਹੈ, ਇਹ ਉਹਨਾਂ ਦੇ ਨਾਲ ਜੰਗਾਂ ਲੜਦੇ ਰਹੇ। ਇਹ ਜ਼ਿਆਦਾਤਰ ਸਮਾਂ ਜਿਹੜਾ ਜੰਗਲਾਂ ਦੇ ਵਿੱਚ ਹੀ ਆਪਣਾ ਬਤੀਤ ਕਰਦੇ ਰਹੇ। ਘੱਲੂ ਘਾਰੇ ਫਿਰ ਪੰਥ ਦੇ ਉੱਤੇ ਵਾਪਰੇ। ਘੱਲੂ ਘਾਰਿਆਂ ਵਿੱਚ
ਅੱਧੇ ਤੋਂ ਜ਼ਿਆਦਾ ਜਿਹੜੀ ਸਾਡੀ ਕੌਮ ਹੈ ਉਹ ਸ਼ਹਾਦਤਾਂ ਦੇ ਗਈ, ਸ਼ਹਾਦਤਾਂ ਪਾ ਗਈ, ਪੈਰਾਂ 'ਤੇ ਖੜ੍ਹੇ ਨਹੀਂ ਹੋ ਪਾਏ। ਉਸ ਤੋਂ ਬਾਅਦ ਸਾਡੇ ਜਿਹੜੇ ਉਸ ਸਮੇਂ ਦੇ ਜਿਹੜੇ ਵੱਡੇ ਵਡੇਰੇ ਸਨ, ਇਹ ਜਿਹੜੇ ਧਾਰਮਿਕ ਸਥਾਨ ਸੀ ਜਿਨ੍ਹਾਂ ਦੇ ਉੱਤੇ ਕਿਤੇ ਗੁਰੂ ਸਾਹਿਬ ਗਏ ਜਾਂ ਜਿੱਥੇ ਜਿੱਥੇ ਵੀ ਕੋਈ ਉਸ ਸਮੇਂ ਸਾਕੇ ਵਰਤੇ, ਜਿਵੇਂ ਚਮਕੌਰ ਦਾ ਸਾਕਾ ਵਰਤਿਆ, ਇਸੇ ਤਰੀਕੇ ਨਾਲ ਜਿਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਜਿੱਥੇ ਸ਼ਹੀਦ ਕੀਤਾ ਗਿਆ, ਫਤਿਹਗੜ੍ਹ ਸਾਹਿਬ, ਦਰਬਾਰ ਸਾਹਿਬ, ਜਾਂ ਹੋਰ ਵੀ ਜਿੰਨੇ ਸਾਡੇ ਧਾਰਮਿਕ ਸਥਾਨ ਹੈ, ਕਿਉਂਕਿ ਜਿਹੜਾ ਪੰਥ ਹੈ ਉਹ ਪੰਥ 'ਤੇ ਜੰਗਲਾਂ ਦੇ ਵਿੱਚ ਫਿਰ ਰਿਹਾ, ਪੰਥ ਨੂੰ ਚਫੇਰਿਓ ਜਿਹੜਾ ਹੈ ਉਹ ਮੁਗਲਾਂ ਦੇ ਵੱਲੋਂ ਵੀ, ਪਹਾੜੀ ਰਾਜਿਆਂ ਵੱਲੋਂ ਵੀ, ਸਾਰੇ ਪਾਸਿਆਂ ਤੋਂ ਮਾਰਾਂ ਵੱਜ ਰਹੀਆਂ ਨੇ। ਇਹ ਜਿਹੜੇ ਸੀ ਸਰਕਾਰ, ਉਸ ਸਮੇਂ ਦੀਆਂ ਸਰਕਾਰਾਂ ਨੇ ਇਹਨਾਂ ਥਾਵਾਂ ਦੇ ਉੱਪਰ ਆਪਣੇ ਕਰਿੰਦੇ ਬਿਠਾਏ, ਉਹ ਕਰਿੰਦੇ ਜਿਹੜੇ ਸਰਕਾਰਾਂ ਦੇ ਹੱਥ ਟੋਕੇ ਸੀ ਅਤੇ ਸਰਕਾਰਾਂ ਦੇ ਵੱਲੋਂ ਜਿਹੜੇ ਸੀ ਮੁਕਰਰ ਕੀਤੇ ਗਏ, ਜਿਨ੍ਹਾਂ ਨੂੰ ਅਸੀਂ ਮੰਤ ਕਹਿੰਦੇ ਹਾਂ। ਅਸਲ ਵਿੱਚ ਇਹਨਾਂ ਦਾ ਸਿੱਖੀ ਦੇ ਨਾਲ ਜਾਂ ਪੰਥ ਦੇ ਨਾਲ ਕੋਈ ਸੰਬੰਧ ਨਹੀਂ ਸੀ। ਇਸੇ ਕਰਕੇ ਜਦੋਂ ਇਹਨਾਂ ਨੇ ਇੱਥੇ ਕਬਜ਼ੇ ਕੀਤੇ, ਇੱਥੇ ਫਿਰ ਇਹਨਾਂ ਨੇ ਇਹ ਜਿਹੜੀਆਂ ਰੋਹ ਰੀਤਾਂ ਨੇ, ਜਿਹੜੀਆਂ ਮਰਿਆਦਾ, ਜਿਹਨੂੰ ਪੁਰਾਤਨ ਮਰਿਆਦਾ ਕਹਿ ਕੇ ਅੱਜ ਕੱਲ੍ਹ ਅਸੀਂ ਪ੍ਰਚਾਰਨ ਦੀ ਕੋਸ਼ਿਸ਼ ਕਰਦੇ ਹਾਂ, ਇਹ ਅਸਲ ਵਿੱਚ ਇਹਨਾਂ ਮਹੰਤਾਂ ਦੀਆਂ ਬਣਾਈਆਂ ਹੋਈਆਂ ਮਰਿਆਦਾਵਾਂ ਨੇ। ਜਦੋਂ ਪੰਥ ਪੈਰਾਂ 'ਤੇ ਖੜ੍ਹਾ ਹੁੰਦਾ ਹੈ, ਜਦੋਂ ਇਹਨਾਂ ਮਹੰਤਾਂ ਦੇ ਕੁਕਰਮ ਜਿਹੜੇ ਨੇ ਇਹ ਬਹੁਤ ਹੱਦ ਤੱਕ ਵੱਧ ਜਾਂਦੇ ਨੇ, ਫਿਰ ਪੰਥ ਇਹਨਾਂ ਦੇ ਕੋਲੋਂ ਆਪਣੇ ਧਾਰਮਿਕ ਸਥਾਨ ਜਿਹੜੇ ਆਜ਼ਾਦ ਕਰਾਉਣ ਵਾਸਤੇ ਮੁਹਿੰਮ ਸ਼ੁਰੂ ਕਰਦਾ ਹੈ। ਉਹ ਸਿੰਘ ਸਭਾ ਲਹਿਰ ਆਉਂਦੀ ਹੈ, ਗੁਰਦੁਆਰਾ ਸੁਧਾਰ ਲਹਿਰ ਸਾਡੇ ਸਾਹਮਣੇ ਆਉਂਦੀ, ਇਤਿਹਾਸ ਦੇ ਪੰਨਿਆਂ 'ਚੋਂ ਆਪਾਂ ਪੜ੍ਹਦੇ ਹਾਂ। ਜਦੋਂ ਫਿਰ ਇਹਨਾਂ ਦੇ ਕੋਲੋਂ ਧਾਰਮਿਕ ਸਥਾਨ ਆਜ਼ਾਦ ਕਰਵਾਏ ਜਾਂਦੇ ਹੈ, ਜੋ ਜੋ ਇਹਨਾਂ ਦੀਆਂ ਰੋਹ ਰੀਤਾਂ ਸੀ ਉਹਨਾਂ ਨੂੰ ਵੀ ਪੰਥ ਨਕਾਰ ਦਿੰਦਾ ਹੈ। ਖਾਲਸਾ ਪੰਥ ਮੰਨਣ ਤੋਂ ਇਨਕਾਰ ਹੀ ਹੁੰਦਾ ਹੈ ਕਿ ਇਹ ਸਰਕਾਰ ਦੇ ਵੱਲੋਂ ਚਲਾਈਆਂ ਹੋਈਆਂ ਰੋਹ ਰੀਤਾਂ ਨੇ। ਇਸ ਕਰਕੇ ਖਾਲਸਾ ਪੰਥ ਨਿਰੋਲ, ਆਪਣੀ ਜਿਹੜੀ ਮਰਿਆਦਾ ਹੈ ਉਹ ਖਾਲਸਾ ਪੰਥ ਖੁਦ ਬਣਾਏਗਾ, ਨਾ ਕਿ ਇਹਨਾਂ ਮਹੰਤਾਂ ਦੀ ਮਰਿਆਦਾ ਨੂੰ ਅਸੀਂ ਜਿਹੜਾ ਹੈ ਉਹ ਬਰਕਰਾਰ ਰਹਿਣ ਦੇਣਾ ਹੈ। ਕਿਉਂਕਿ ਪੁਰਾਣੀਆਂ ਲਿਖਤਾਂ ਦੇ ਵਿੱਚੋਂ ਅੱਜ ਵੀ ਅਸੀਂ ਪੜ੍ਹਦੇ ਹਾਂ, ਸਾਨੂੰ ਮਿਲਦੇ ਨੇ ਸਾਰੇ ਪਰੂਫ ਕਿ ਦਰਬਾਰ ਸਾਹਿਬ ਦੇ ਪ੍ਰਕਰਮਾਂ ਦੇ ਵਿੱਚ ਵੀ ਮੂਰਤੀਆਂ, ਹੋਰ ਬਹੁਤ ਸਾਰੇ ਇੱਥੇ ਕਰਮ ਕਾਂਡ ਹੁੰਦੇ ਸੀ। ਜਦੋਂ ਕਿਤੇ ਕੋਈ ਗੁਰਪੁਰਬ ਜਾਂ ਕੋਈ ਮੇਲਾ ਹੁੰਦਾ ਸੀ ਉਸ ਸਮੇਂ ਫਿਰ ਇੱਥੇ ਨਾਚ ਗਾਣੇ ਹੋਣੇ, ਅਖਾੜੇ ਲੱਗਣੇ, ਬਹੁਤ ਤਰ੍ਹਾਂ ਦੇ ਇੱਥੇ ਜਿਹੜੇ ਸੀ ਗਲਤ ਕੰਮ ਹੁੰਦੇ ਸੀ, ਉਹ ਸਾਰੇ ਫਿਰ ਪੰਥ ਨੇ ਹਟਾਏ। ਇੱਥੋਂ ਤੱਕ ਹੁੰਦਾ ਸੀ ਕਿ ਇੱਥੇ ਜਾਤ ਪਾਤ ਦਾ ਬਹੁਤ ਵੱਡਾ ਬਖੇੜਾ ਵੀ ਜਿਹੜਾ ਸੀ ਮਹੰਤਾਂ ਦੇ ਵੱਲੋਂ ਖੜਾ ਕੀਤਾ ਗਿਆ ਸੀ। ਦਰਬਾਰ ਸਾਹਿਬ ਦੇ ਅੰਦਰ ਜਿਨ੍ਹਾਂ ਨੂੰ ਸੋ ਕਾਲਡ ਜਾਤਾਂ ਦੇ ਵਿੱਚ ਸਭ ਤੋਂ ਛੋਟੀ ਜਾਤ ਵਾਲੇ, ਨੀਵੀਂ ਜਾਤ ਵਾਲੇ ਕਿਹਾ ਜਾਂਦਾ ਹੈ, ਜਦੋਂ ਕਿ ਜਾਤ ਪਾਤ ਦਾ ਸਿੱਖੀ ਦੇ ਵਿੱਚ ਕੋਈ ਥਾਂ ਨਹੀਂ ਹੈ। ਉਹ ਸਿੱਖ ਹੀ ਨਹੀਂ ਹੈ ਜਿਹੜਾ ਜਾਤ ਪਾਤ ਦੇ ਭਰਮ ਦੇ ਵਿੱਚ ਜਾਂ ਉਸ ਵੰਡੀ ਦੇ ਵਿੱਚ ਪਿਆ ਹੋਇਆ ਹੈ। ਇੱਕੋ ਹੀ ਸਾਡੀ ਜਾਤ ਹੈ, ਉਹ ਹੈ ਸਿੰਘ। ਜੇ ਬੀਬੀ ਹੈ ਤੇ ਉਹ ਹੈ ਕੌਰ। ਕਿਉਂਕਿ ਜਦੋਂ ਖੰਡੇ ਬਾਟੇ ਦੀ ਪਹਾੜ ਛਕਾਈ ਜਾਂਦੀ ਹੈ, ਪ੍ਰਣ ਕਰਾਇਆ ਜਾਂਦਾ ਹੈ ਅੱਜ ਤੋਂ ਤੁਹਾਡਾ ਸਭਨਾਂ ਦਾ ਪਿਤਾ ਗੁਰੂ ਗੋਬਿੰਦ ਸਿੰਘ, ਇਹਦਾ ਮਤਲਬ ਸਾਰੇ ਭਾਈ ਨੇ ਤੇ ਇੱਕੋ ਹੀ ਸਾਰਿਆਂ ਦਾ ਜਿਹੜਾ ਹੈ ਵਰਣ ਹੈ। ਪਰ ਦਰਬਾਰ ਸਾਹਿਬ ਦੇ ਅੰਦਰ ਉਹਨਾਂ ਮਹੰਤਾਂ ਦੇ ਵੱਲੋਂ ਜਿਨ੍ਹਾਂ ਨੂੰ ਨੀਵੀਂ ਜਾਤ ਵਾਲੇ ਕਿਹਾ ਜਾਂਦਾ ਸੀ, ਉਹਨਾਂ ਦੇ ਹੱਥ ਦਾ ਕੜਾਹ ਪ੍ਰਸ਼ਾਦ ਵੀ ਪ੍ਰਵਾਨ ਨਹੀਂ ਸੀ ਕੀਤਾ ਜਾਂਦਾ। ਇਹਦੇ ਪਰੂਫ ਸਾਨੂੰ ਮਿਲਦੇ ਨੇ। ਇਸੇ ਕਰਕੇ ਹੀ ਚਾਬੀਆਂ ਦਾ ਮੋਰਚਾ ਲੱਗਾ ਸੀ। ਉੱਥੇ ਸਮਾਂ ਮੁਕਰਰ ਕੀਤਾ ਗਿਆ ਸੀ ਕਿ ਜਿਹੜੇ ਨੀਵੀਂ ਜਾਤ ਵਾਲੇ ਨੇ ਉਹਨਾਂ ਲਈ ਸਿਰਫ ਇਸ ਸਮੇਂ ਵਿੱਚ ਅਰਦਾਸ ਹੋ ਸਕਦੀ, ਉਸ ਤੋਂ ਇਲਾਵਾ ਦੂਜੇ ਸਮੇਂ ਵਿੱਚ ਨਹੀਂ।
ਇਹ ਸਾਰਾ ਕੁਝ ਜਦੋਂ ਖਾਲਸਾ ਪੰਥ ਨੇ ਦੇਖਿਆ, ਮਹੰਤ ਨਰੈਣੂ ਵਰਗਿਆਂ ਦੀਆਂ ਕਰਤੂਤਾਂ ਸਾਹਮਣੇ ਆਈਆਂ ਜਦੋਂ ਖੁੱਲ੍ਹ ਕੇ, ਤੇ ਖਾਲਸਾ ਪੰਥ ਨੇ ਇਹਨਾਂ ਨੂੰ ਆਜ਼ਾਦ ਕਰਵਾਉਣਾ ਜਿਹੜਾ ਸੀ ਉਹ ਸ਼ੁਰੂ ਕੀਤਾ। ਨਨਕਾਣਾ ਸਾਹਿਬ ਦਾ ਮੋਰਚਾ ਲੱਗਾ, ਸਾਕਾ ਵਰਤਿਆ, ਉਹ ਆਜ਼ਾਦ ਕਰਾਇਆ, ਦਰਬਾਰ ਸਾਹਿਬ ਆਜ਼ਾਦ ਕਰਾਇਆ, ਤਰਨ ਤਾਰਨ ਸਾਹਿਬ ਭਾਈ ਹਜ਼ਾਰਾ ਸਿੰਘ ਵਰਗੇ ਸ਼ਹਾਦਤਾਂ ਦਿੱਤੀਆਂ, ਉਹ ਆਜ਼ਾਦ ਕਰਵਾਏ ਸਥਾਨ। ਤੇ ਉਹ ਜਿਹੜੀ ਚੱਲੀ ਆ ਰਹੀ ਪਿਛਲੀ ਮਹੰਤਾਂ ਦੀ ਰੋਹ ਰੀਤੀ ਸੀ ਉਹਨੂੰ ਬੰਦ ਕਰਕੇ ਉਦੋਂ ਫਿਰ ਸਿੱਖ ਰਹਿਤ ਮਰਿਆਦਾ ਜਿਹੜੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਮਾਣਿਤ ਹੈ, ਸਿੱਖ ਰਹਿਤ ਮਰਿਆਦਾ, ਉਸ ਸਮੇਂ ਦੀਆਂ ਜਿੰਨੀਆਂ ਜਥੇਬੰਦੀਆਂ ਸੀ ਪੰਥਕ, ਉਹਨਾਂ ਸਭਨਾਂ ਨੂੰ ਨਾਲ ਲੈ ਕੇ ਜਦੋਂ ਤੁਸੀਂ ਸਿੱਖ ਰਹਿਤ ਮਰਿਆਦਾ ਪੜ੍ਹੋਗੇ ਉਹਦੇ ਵਿੱਚ ਬਾਕਾਇਦਾ ਸਾਰੀਆਂ ਜਥੇਬੰਦੀਆਂ ਤੇ ਉਹਨਾਂ ਜਥੇਬੰਦੀਆਂ ਦੇ ਜਿਹੜੇ ਉਸ ਸਮੇਂ ਤੇ ਆਗੂ ਸਨ ਉਹਨਾਂ ਦੀ ਸ਼ਮੂਲੀਅਤ, ਉਹ ਸਾਰਾ ਵੇਰਵਾ ਤੁਹਾਨੂੰ ਉਹਦੇ 'ਚ ਮਿਲੇਗਾ ਕੌਣ ਕੌਣ ਸੀ ਉਸ ਵੇਲੇ। ਇਹ ਜਿਹੜੀ ਸਿੱਖ ਰਹਿਤ ਮਰਿਆਦਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਮਾਣਿਤ ਹੋਈ ਹੈ, ਕਈ ਸਾਲ ਲੱਗੇ ਇਹਦੇ 'ਤੇ, ਇਹਨੂੰ ਤਿਆਰ ਕੀਤਾ ਗਿਆ, ਉਸ ਸਿੱਖ ਰਹਿਤ ਮਰਿਆਦਾ ਨੂੰ ਫਿਰ ਲਾਗੂ ਕੀਤਾ ਗਿਆ ਕਿ ਜਿੰਨਾ ਵੀ ਜਿੱਥੋਂ ਜਿੱਥੋਂ ਤੱਕ ਵੀ ਪੰਥ ਨੇ ਪ੍ਰਬੰਧ ਸੰਭਾਲ ਲਏ ਆ ਉਹਨਾਂ ਸਭ ਥਾਵਾਂ 'ਤੇ ਇਹ ਸਿੱਖ ਰਹਿਤ ਮਰਿਆਦਾ ਲਾਗੂ ਹੋਵੇਗੀ। ਅਤੇ ਪਿੰਡਾਂ ਦੇ ਵਿੱਚ ਵੀ, ਹੋਰ ਥਾਵਾਂ ਦੇ ਵਿੱਚ ਵੀ, ਘਰਾਂ ਦੇ ਵਿੱਚ ਵੀ ਜਿਹੜੇ ਖਾਲਸਾ ਪੰਥ ਨਾਲ ਸੰਬੰਧ ਰੱਖਦੇ ਨੇ ਉਹ ਇਸੇ ਰਹਿਤ ਮਰਿਆਦਾ ਨੂੰ ਮੰਨਣਗੇ, ਔਰ ਇਸੇ ਤਰ੍ਹਾਂ ਹੋਇਆ। ਪਰ ਦੋ ਐਸੇ ਸਥਾਨ ਜਿਨ੍ਹਾਂ ਨੂੰ ਪੰਥ ਆਜ਼ਾਦ ਨਹੀਂ ਕਰਵਾ ਸਕਿਆ, ਅੱਜ ਤੱਕ ਮਹੰਤਾਂ ਦੇ ਗੁਲਾਮ ਨੇ, ਉਹਨਾਂ ਵਿੱਚੋਂ ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਅਤੇ ਉਹਨਾਂ ਨਾਲ ਸੰਬੰਧਿਤ ਜਿਹੜੇ ਉੱਥੋਂ ਦੇ ਹੋਰ ਗੁਰਦੁਆਰਾ ਸਾਹਿਬ। ਮੈਂ ਬਹੁਤ ਲਿਖਤਾਂ ਪੜ੍ਹੀਆਂ, ਮੇਰੀ ਕੋਸ਼ਿਸ਼ ਸੀ ਮੈਂ ਵੇਖਾਂ ਪੜ੍ਹ ਇਹਦੇ ਵਿੱਚੋਂ ਲਿਖਤਾਂ ਦੇ ਵਿੱਚੋਂ ਕਿ ਕਦੋਂ ਇਹਨਾਂ ਗੁਰਦੁਆਰਿਆਂ ਨੂੰ ਵੀ ਆਜ਼ਾਦ ਕਰਵਾਇਆ ਗਿਆ, ਅਸਥਾਨਾਂ ਨੂੰ, ਧਾਰਮਿਕ ਅਸਥਾਨਾਂ ਨੂੰ ਆਜ਼ਾਦ ਕਰਵਾਇਆ ਗਿਆ। ਪਰ ਮੈਨੂੰ ਕਿਸੇ ਲਿਖਤ ਵਿੱਚੋਂ ਨਹੀਂ ਮਿਲਿਆ ਕਿ ਕਿਤੇ ਪਟਨਾ ਸਾਹਿਬ ਮੋਰਚਾ ਲੱਗਾ ਅਤੇ ਮਹੰਤਾਂ ਕੋਲੋਂ ਆਜ਼ਾਦ ਕਰਾਇਆ, ਜਾਂ ਹਜ਼ੂਰ ਸਾਹਿਬ ਮੋਰਚਾ ਲੱਗਾ ਅਤੇ ਉਹ ਆਜ਼ਾਦ ਕਰਾਇਆ। ਉਹਨਾਂ ਥਾਵਾਂ 'ਤੇ ਜਿਹੜੀ ਅੱਜ ਰੋਹ ਰੀਤੀ ਚੱਲ ਰਹੀ ਉਹੀ ਚੱਲ ਰਹੀ ਹੈ ਜਿਹੜੀ ਉਸ ਸਮੇਂ ਦੇ ਮਹੰਤਾਂ ਨੇ ਚਲਾਈ ਹੋਈ ਸੀ। ਟੱਲ ਖੜਕਾਉਣੇ, ਟਿੱਕੇ ਲਾਉਣੇ, ਜੋ ਕੁਛ ਵੀ ਉੱਥੇ ਹੋ ਰਿਹਾ ਹੈ ਗੁਰਮਤ ਦੇ ਬਿਲਕੁਲ ਵਿਰੋਧੀ ਸਾਰਾ, ਉਹ ਖਾਲਸਾ ਪੰਥ ਦੇ ਨਾਲ ਸੰਬੰਧ ਨਹੀਂ ਰੱਖਦੀ ਮਰਿਆਦਾ, ਉਹ ਉਹਨਾਂ ਮਹੰਤਾਂ ਦੀ ਮਰਿਆਦਾ ਹੈ। ਇਸੇ ਕਰਕੇ ਉਹ ਰੋਹ ਰੀਤਾਂ ਜਿਹੜੀਆਂ ਨੇ ਉਹ ਅਲੱਗ ਨੇ, ਉੱਥੋਂ ਦਾ ਸਿਸਟਮ ਅਲੱਗ ਹੋਇਆ ਹੈ। ਪਰ ਪੰਜਾਬ ਦਾ, ਕਿਉਂਕਿ ਸਾਰੇ ਪੰਜਾਬ ਦੇ ਵਿੱਚ ਖਾਲਸਾ ਪੰਥ ਦੇ ਇੱਥੇ ਹੋਲਡ ਸੀ, ਇੱਥੇ ਇਹਨਾਂ ਨੇ ਅਸਥਾਨ ਆਪਣੇ ਆਜ਼ਾਦ ਕਰਵਾ ਲਏ ਸੀ, ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਮਾਣਿਤ ਜਿਹੜੀ ਸਿੱਖ ਰਹਿਤ ਮਰਿਆਦਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਾਗੂ ਕੀਤੀ ਗਈ, ਉਸ ਪੂਰੇ ਪੰਜਾਬ ਦੇ ਵਿੱਚ ਲਾਗੂ ਹੋ ਗਈ। ਇਸ ਸਿੱਖ ਰਹਿਤ ਮਰਿਆਦਾ ਦੇ ਵਿੱਚ ਕੀ ਹੈ, ਕੀ ਜਿਹੜੀਆਂ ਨੇ ਸਾਨੂੰ ਖਾਲਸਾ ਪੰਥ ਨੇ ਰੋਹ ਰੀਤਾਂ ਸਾਨੂੰ ਦੱਸੀਆਂ, ਕਿਵੇਂ ਕਿਵੇਂ ਕਰਨੀਆਂ ਨੇ, ਇਹ ਆਪਾਂ ਇੱਕ ਲੜੀ ਜਿਹੜੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਵਿਚਾਰਾਂਗੇ, ਸਾਂਝੀ ਕਰਾਂਗੇ। ਅਤੇ ਆਪਾਂ ਇਹ ਦੇਖਣਾ ਹੈ ਕਿ ਜਿਹੜੇ ਇਸ ਸਿੱਖ ਰਹਿਤ ਮਰਿਆਦਾ ਨੂੰ, ਅਕਾਲ ਤਖ਼ਤ ਸਾਹਿਬ ਤੋਂ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ ਨੂੰ ਭੰਡਦੇ ਨੇ ਜਾਂ ਨਿੰਦਦੇ ਨੇ ਜਾਂ ਇਹਦਾ ਵਿਰੋਧ ਕਰਦੇ ਨੇ, ਅਸਲ ਦੇ ਵਿੱਚ ਉਹ ਸਾਰੇ ਉਹੀ ਲੋਕ ਨੇ ਜਿਨ੍ਹਾਂ ਦੇ ਕੋਲੋਂ ਉਸ ਸਮੇਂ ਖਾਲਸਾ ਪੰਥ ਨੇ ਗੁਰਦੁਆਰੇ ਆਜ਼ਾਦ ਕਰਵਾਏ ਸੀ, ਅਤੇ ਉਹ ਜਿਹੜੇ ਨੇ ਗੁਰਦੁਆਰਿਆਂ ਤੋਂ ਲਾਂਭੇ ਹੋ ਕੇ ਵੱਖਰੇ ਡੇਰੇ ਬਣਾ ਕੇ ਬੈਠ ਗਏ, ਅਤੇ ਅੱਜ ਉਹ ਫਿਰ ਚਾਹੁੰਦੇ ਨੇ ਦੁਬਾਰਾ ਕਿਸੇ ਤਰੀਕੇ ਨਾਲ ਇਹਨਾਂ ਸਥਾਨਾਂ ਦੇ ਉੱਤੇ ਸਾਡਾ ਕਬਜ਼ਾ ਹੋ ਜਾਏ, ਕਾਬਜ਼ ਹੋ ਜਾਈਏ, ਅਤੇ ਆਪਣੀਆਂ ਹੀ ਰੋਹ ਰੀਤਾਂ ਪਹਿਲਾਂ ਵਾਲੀਆਂ ਜਿਹੜੀਆਂ ਨੇ ਲਾਗੂ ਕਰੀਏ। ਭੁੱਲ ਚੁੱਕ ਦੀ ਮਾਫ਼ੀ ਦੇਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।